नमस्कार दोस्तों, रुपेश बांसल आरबी लाइव मीडिया में आपका स्वागत कर रहा हूं। खबर तरन तरन से आ रही है। यहां पर एक प्रेमी द्वारा आत्महत्या कर ली गई है। यह युवक अपनी प्रेमिका से मिलने अमृतसर से यहां पर आया था। गांव खलड़ा का मामला है। देखिए किस प्रकार से युवक की मौत हो चुकी है, उसके शव पर परिजन विलाप कर रहे हैं। आरबी लाइव मीडिया पर हमारे संवाददाता सागर अरोड़ा की यह रिपोर्ट आपको दिखा रहा हूँ। बने रहे हमारे साथ, देखते रहे हमारा चैनल। मृतक युवक के परिजनों ने आरोप लगाया कि युवक को आज उसकी प्रेमिका द्वारा यहां पर बुलाया गया था, जहां पर उसकी प्रेमिका व उसके परिजनों द्वारा कोई जहरीली वस्तु देकर उसको मार दिया गया। देखिए किस प्रकार से परिजनों द्वारा आरोप लगाया जा रहा है। आरबी लाइव मीडिया किसी तरह के आरोपों की पुष्टि नहीं करता है। हमारे संवाददाता सागर अरोड़ा की यह रिपोर्ट आपको दिखा रहा हूँ। बने रहे हमारे साथ, देखते रहे हमारा चैनल। हमारे चैनल को सब्सक्राइब करना न भूलें। ਇਹਦੀ ਉਮਰ ਹੈਗੀ 27 ਸਾਲ, ਨਾਮ ਹੈਗਾ ਇਹਦਾ ਦਮਨਦੀਪ ਸਿੰਘ। ਠੀਕ ਹੈ, ਇੱਥੋਂ ਦੀ ਕੁੜੀ ਨਾਲ ਇਹਨਾਂ ਦੀ ਮਤਲਬ ਅਫੇਅਰ ਸੀਗਾ ਦੋਵਾਂ ਦਾ, ਅਤੇ ਉਹ ਕੁੜੀ ਇਹਨੂੰ ਸੱਦਦੀ ਸੀ ਇੱਥੇ ਮਿਲਣ ਲਈ, ਅਤੇ ਇਹਦੇ ਮਾਮੇ ਦਿੰਦੇ ਸੀ ਧਮਕੀਆਂ ਕੁੜੀ ਦੇ। ਸਰ ਮੁੰਡੇ ਦਾ ਪਿੰਡ ਕਿਹੜਾ ਹੈ? ਕੁੜੀ ਦਾ ਪਿੰਡ ਕਾਲੜਾ। ਮੁੰਡੇ ਦਾ ਪਿੰਡ ਕਿਹੜਾ ਸਰ? ਮੁੰਡੇ ਦਾ ਸ਼ਹਿਰ ਅੰਮ੍ਰਿਤਸਰ। ਓਕੇ, ਠੀਕ ਹੈ ਜੀ। ਅਤੇ ਕੁੜੀ ਵਾਲੇ ਸੱਦਦੇ ਸੀ ਇਹਨੂੰ ਇੱਥੇ, ਅੱਜ ਕੁੜੀ ਨੇ ਬੁਲਾਇਆ ਵਾ ਇੱਥੇ, ਬੁਲਾ ਕੇ ਇਹਦੇ ਮਾਮਿਆਂ ਨੇ ਅਤੇ ਕੁੜੀ ਨੇ ਰਲ ਕੇ ਇਹਨਾਂ ਨੂੰ ਖਵਾਇਆ ਕੁਛ। ਕੁੜੀ ਦਾ ਨਾਮ ਕੀ ਸਰ? ਕੁੜੀ ਦਾ ਨਾਮ ਹੈਗਾ ਬੱਬਲਪ੍ਰੀਤ ਕੌਰ। ਕਿਉਂਕਿ ਉਹ ਨਹੀਂ ਮੰਨਦੇ ਹੋਣਗੇ ਵਿਆਹ ਦੇ ਲਈ, ਜਾਂ ਉਹਨਾਂ ਦੀ ਕੁੜੀ ਫੋਨ ਕਰਦੀ ਸੀ ਬਾਰ ਬਾਰ, ਅਸੀਂ ਉਹਨਾਂ ਨੂੰ ਕਿਹਾ ਮਤਲਬ ਕਿ ਨਹੀਂ ਕਰਦਾ, ਉਹ ਵੀ ਮੰਨਦੇ ਹੀ ਨਹੀਂ ਸੀ, ਅਤੇ ਅਸੀਂ ਵੀ ਕਿਹਾ ਉਹ ਕੁੜੀ ਬਾਰ ਬਾਰ ਫੋਨ ਕਰਦੀ ਸੀ, ਅਤੇ ਉਹ ਅੱਜ ਇਹ ਚਾਂਸ ਹੋ ਗਿਆ। ਅਸੀਂ ਇਹੋ ਕਰਦੇ ਕਿ ਉਹਨਾਂ ਦੇ ਸਖ਼ਤ ਪਰਚਾ ਹੋਣਾ ਚਾਹੀਦਾ, ਅਤੇ ਉਹਨਾਂ ਸਾਰੀ ਫੈਮਿਲੀ ਨੂੰ ਅੰਦਰ ਹੋਣੀ ਚਾਹੀਦੀ ਹੈ, ਕਾਰਵਾਈ ਪੂਰੀ ਪਾ ਕੇ ਕਾਰਵਾਈ ਪੂਰੀ ਹੋਵੇ। ਤੁਹਾਡਾ ਨਾਮ? ਮੇਰਾ ਨਾਮ ਚਰਨਜੀਤ ਸਿੰਘ। ਲੜਕੇ ਦੇ ਤੁਸੀਂ ਕੀ ਲੱਗਦੇ? ਮੇਰਾ ਭਤੀਜਾ ਜੀ, ਮੈਂ ਚਾਚਾ ਹੋਣਾ, ਅਤੇ ਜਦੋਂ ਘਰੋਂ ਆਇਆ ਤਾਂ ਕੀ ਦੱਸ ਕੇ ਇਹਦੇ ਮੇਰੇ ਘਰੋਂ ਉਹਨਾਂ ਨੇ ਫੈਕਟਰੀ ਚੱਲਿਆ, ਜਿਵੇਂ ਜਾਣਦੇ ਸਾਢੇ 7 ਵਜੇ ਨਹੀਂ, ਮੈਂ ਫੈਕਟਰੀ ਚੱਲਿਆ ਹੁਣ, ਅਤੇ ਘਰੋਂ ਫੈਕਟਰੀ ਜਾ ਕੇ ਕਹਿੰਦੇ ਘਰੋਂ ਉੱਥੇ ਜਾ ਕੇ ਕਹਿੰਦੇ ਉਹਨੂੰ ਟੈਲੀਫੋਨ, ਕੁੜੀ ਵਾਲੇ ਦਾ ਟੈਲੀਫੋਨ ਆਇਆ ਵਾ ਕੁੜੀ ਦਾ ਵੀ ਸਾਡਾ, ਅਤੇ ਉਦੋਂ ਇਹਨੂੰ ਆ ਗਿਆ ਜੀ ਇਹਨਾਂ ਦੇ ਕੋਲ, ਇਹਨਾਂ ਦੇ ਕੋਲ ਇਹਨਾਂ ਨੇ ਸੱਦਿਆ ਨੇ, ਅਤੇ ਬਸ ਉੱਥੇ ਆ ਗਏ ਇਹਨਾਂ ਨੇ ਕੰਮ ਕਰ ਦਿੱਤਾ। ਅੱਗੇ ਵੀ ਫੋਨ ਕਰਦੇ ਸੀਗੇ ਕੁੜੀ ਵਾਲੀ? ਕੁੜੀ ਫੋਨ ਕਰਦੀ ਰਹਿੰਦੀ, ਕੁੜੀ ਦੇ ਮਾਮੇ ਵੀ ਕਰਦੇ, ਕੁੜੀ ਦੇ ਮਾਮੇ ਵੀ ਫੋਨ ਕਰਦੇ ਰਹਿੰਦੇ ਆ ਸਾਰੇ ਫੋਨ। ਸਰ ਠੀਕ ਹੈ ਜੀ, ਜਲਜੀਤ ਕੌਰ ਸਰ ਦੱਸ ਸਕਦੇ ਐਕਸਪਲੇਨ ਕਰ ਸਕਦੇ ਕੀ ਚੀਜ਼ ਖਾ ਕੇ ਮਤਲਬ ਕਿ ਡੈਥ ਬੜਾ ਬੜਾ ਔਖਾ ਅੰਦਾਜ਼ਾ ਤਾਂ ਵੈਸੇ ਸਾਰਾ ਹੋ ਗਿਆ। ਠੀਕ ਸਰ। ਹਾਂਜੀ ਸਰ, ਉਹ ਜਿਹੜੀ ਅੱਜ ਕਸਬਾ ਖਾਲੜਾ ਦੇ ਵਿੱਚ ਉਹ ਮੁੰਡੇ ਨੇ ਜਿਹੜੀ ਦਵਾਈ ਪੀਲੀ, ਉਹ ਸਰ ਕੀ ਮਸਲਾ ਸੀਗਾ? ਇਹਨੇ ਕੋਈ ਅੰਮ੍ਰਿਤਸਰ ਤੋਂ ਆਇਆ ਸੀ, ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। ਹਾਂਜੀ, ਅਤੇ ਉਹਦੇ ਮੁਤਾਬਕ ਜਿਹੜੀ ਆ 174 ਦੀ ਕਾਰਵਾਈ ਫਿਲਹਾਲ ਕੀਤੀ ਜਾ ਰਹੀ, ਬਸ ਜੋ ਵੀ ਤਬਦੀਸ਼ ਆਊ ਅਗਲੀ ਵਾਰ। ਸਰ ਮੁੰਡੇ ਦਾ ਨਾਮ ਕੀ ਹੈ? ਦਮਨਦੀਪ ਸਿੰਘ। ਉਹਦੇ ਪਿਓ ਦੇ ਬਿਆਨ 'ਤੇ ਬਲਜੀਤ ਸਿੰਘ 'ਤੇ ਕਾਰਵਾਈ ਕੀਤੀ ਜਾ ਰਹੀ। ਠੀਕ ਸਰ।